ਕੋਲ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਜੇ ਤੁਸੀਂ ਸਾਰੇ ਘੈਂਟ ਹੋਵੋਗੇ ਜੀ। ਹੁਣ ਜੀ ਅਸੀਂ ਆਏ ਆਪਣੇ ਫਾਰਮ ਹਾਊਸ ਨਾਲ, ਕਿਉਂਕਿ ਜੀ ਅਸੀਂ ਕੱਟਣ ਲੱਗੇ ਹਾਂ ਵਾਲ, ਬਫੈਲੋ ਹੇਅਰ ਕਟਿੰਗ। ਦੇਖੋ ਜੀ ਉਰੇ ਪਾਪਾ ਜੀ ਮਸ਼ੀਨ ਲੈ ਕੇ ਆਏ ਤੇ, ਬਹੁਤ ਵਧੀਆ ਮਸ਼ੀਨ ਹੈ ਹੈਵਲਸ ਦੀ। ਦੇਖੋ ਜੀ ਅਸੀਂ ਫੋਨ ਕਰ ਰਹੇ ਤੇ ਹੇਅਰ ਕਟਿੰਗ ਵਾਲੇ ਚੱਕ ਨਹੀਂ ਰਹੇ, ਤੇ ਪਾਪਾ ਨੇ ਮਨ ਬਣਾਇਆ ਕਿ ਘਰ ਹੀ ਵੱਢ ਲੈਂਦੇ। ਠੀਕ ਆ, ਦੇਖੋ ਤਰ ਉਹ ਮੁੰਦੀ ਹਜੇ ਚੰਗੀ ਤਰ੍ਹਾਂ ਮੋਟੀ ਮੋਟੀ ਮੁੰਦੀ ਕਿ ਆਰਾਮ ਜਾ ਜਾਏ, ਫਿਰ ਬਾਅਦ ਮੈਂ ਹਜੇ ਇਹਦੇ ਸ਼ੇਪ ਬਣਾਉਂਗੀ ਜਿਵੇਂ ਹਰਿਆਣਵੀ ਵਾਲੇ ਨਹੀਂ ਹੁੰਦੇ ਮੂੰਹ 'ਤੇ ਜੀ ਲੱਤਾਂ ਲੁੱਤਾਂ ਵਾਲੀ, ਉਹੀ ਜੀ ਹਾਂਜੀ ਅਸੀਂ ਜੇ ਬਣਾਉਂਗੇ ਇਹਨੂੰ ਵਧੀਆ ਜੀ। ਹੁਣ ਆਹ ਦੇਖੋ ਜੀ ਬਹੁਤ ਵਾਲ ਆ, ਦੇਖੋ ਕਿੰਨੀ ਧਮਾਕੇਦਾਰ ਮਸ਼ੀਨ ਹੈ, ਜ਼ੋਰਦਾਰ। ਦੇਖੋ ਜੀ ਪਾਵਰ ਬਹੁਤ ਮਸ਼ੀਨ ਵਾ। ਦੇਖੋ ਜੀ ਕਿੰਨੇ ਬੜੇ ਬੜੇ ਵਾਲ, ਮੋਟੇ ਮੋਟੇ ਵਾਲ ਵੱਢ ਤੇ। ਦੇਖੋ ਜੀ ਕਿੰਨੀ ਉਹ ਲੱਗਣ ਲੱਗ ਜਾਂਦੇ ਬਈ, ਹਜੇ ਕੱਟੀ ਦੇ ਵੀ ਵੱਢੂੰਗੇ, ਇਹਦੀ ਵੀ ਮੈਸ ਵੀ ਮੈਸ ਦੀ ਜੀ। ਦੇਖੋ ਜੀ ਵੀਰ ਜੀ ਉਰੇ ਹੈ, ਵੀਰ ਜੀ ਡੰਡਾ ਅਤੇ ਬ੍ਰਸ਼ ਲੈ ਕੇ ਖੜੇ ਹੋਏ ਨੇ ਕਿ ਬ੍ਰਸ਼ ਨਾਲ ਵਾਲ ਵੀ ਝਾੜੀ ਜਾਊਂਗੇ, ਨਾਲੇ ਕਿ ਨਾ ਡੰਡੇ ਨਾਲ ਜੇ ਟੱਪੂ ਟੱਪੂਗੀ ਨਾ ਟੱਪਦੀ ਆਹ, ਡਰ ਜਿਹਾ ਲੱਗਦਾ ਇਹਨੂੰ ਥੋੜ੍ਹਾ ਜਿਹਾ, ਹੁਣ ਨਹੀਂ ਟੱਪ ਰਹੀ, ਪਹਿਲਾਂ ਟੱਪ ਰਹੀ ਸੀ, ਫਿਰ ਵੀਰ ਜੀ ਨੇ ਡੰਡਾ ਰੱਖਿਆ। ਖਾਣ ਉਹ ਖਾ ਰਹੀ ਹੈ, ਦੇਖੋ ਧੁੱਪਾਂ ਵੀ ਬਹੁਤ ਸੋਹਣੀਆਂ, ਕੱਲ੍ਹ ਤਾਂ ਕਿਣੀਆਂ ਜੀ ਪੀਤੀਆਂ, ਨਹੀਂ ਤਾਂ ਕੱਲ੍ਹ ਆਹ ਪੂਰੀ ਪੂਰੀ ਹੋ ਜਾਣੀ ਤੀ, ਆਹ ਵੱਢ ਹੋ ਜਾਣੀ ਤੀ, ਫਿਰ ਮੀਂਹ ਕਰਕੇ ਔਖਾ ਹੋ ਗਿਆ, ਸ਼ਾਮ ਜੀ ਨੂੰ ਵੱਢਣ ਲੱਗੇ ਕੰਮ ਕੁੰਮ ਨਿਬੇੜ ਕੇ। ਦੇਖੋ ਇਸ ਟਾਈਮ ਹੁਣ ਟਾਈਮ ਹੋ ਰਿਹਾ ਜੀ 3:40 ਹੋ ਗਏ, 3:40 ਹਾਂਜੀ। ਦੇਖੋ ਜੀ ਅਲੱਗ ਜੀ ਸ਼ੇਪ ਦਿਖਣ ਲੱਗ ਗਈ ਕੜਵਾਸੋ ਦੀ, ਇਹ ਪਰ ਡਰਾਇੰਗ ਕਰਕੇ ਵਧਾਉਣੀ ਸੀ ਹੈ ਨਾ, ਇਹ ਪਾ ਡਿਜ਼ਾਇਨ ਜਿਹਾ ਬਣਾਉਣਾ ਤਾਂ ਫਿਰ ਮਾਰਨੀ ਦੀ ਮਸ਼ੀਨ ਉਹੀ ਜਿਹਾ ਡਿਜ਼ਾਇਨ ਬਣਾ ਕੇ। ਫਿਰ ਜੀ ਵੀਰ ਜੀ ਗਾਹ ਪਾਉਣ ਲੱਗ ਗਏ ਤੇ ਕਿ ਅਸੀਂ ਵੀ ਜਾਣਾ ਕਿ ਗੱਡੀ ਸਿੱਖਣ, ਫਿਰ ਵੀਰ ਜੀ ਕਹਿ ਰਹੇ ਕਿ ਮੈਂ ਵੀ ਗੱਡੀ ਸਿੱਖਣੀ, ਫਿਰ ਵੀਰ ਜੀ ਦੇਖੋ ਗੱਡੀ ਚਲਾ ਰਹੇ ਨੇ ਹੁਣ, ਐਨ ਵਧੀਆ ਚਲਾ ਲੈਂਦੇ ਚਲਾ ਲੈਂਦੇ। ਪਾਪਾ ਨੇ ਉੱਥੇ ਫਿਰ ਮੰਡੀਆਂ ਦੇ ਗਏ ਤੇ ਮੁਲਾਈ ਵਾਲੀ ਮਾਂ ਉੱਥੇ ਸਿੱਖਿਆ ਇੱਥੇ ਵੀਰ ਜੀ ਗੱਡੀ, ਮੈਂ ਤਾਂ ਗਈ ਨਹੀਂ ਮੈਂ ਬਿਮਾਰ ਤਾਂ ਜੀ, ਫਿਰ ਵੀਰ ਜੀ ਗਏ ਤੇ ਪਾਪਾ ਗਏ ਨੇ। ਦੇਖੋ ਜੀ ਹੁਣ ਤਾਂ ਐਂ ਚਲਾ ਲੈਂਦਾ ਗੱਡੀ, ਬਸ ਜੀ ਹੁਣ ਇੰਨੀ ਵੀਡੀਓ ਦੇਖੋ, ਹੁਣ ਨਵਾਂ ਵਲੌਗ ਕੋਈ ਵੀਡੀਓ ਪਾਈ ਨਹੀਂ ਜੀ, ਫਿਰ ਅਸੀਂ ਆਈ ਹੋ ਚੱਕ ਕੇ ਪਾਈਏ ਜੀ, ਬਸ ਹੁਣ ਬਣਾਉਂਗੇ ਵਲੌਗ, 2-3 ਦਿਨ ਦਾ ਬਿਮਾਰ ਚੱਲ ਰਿਹਾ ਤਾਂ ਹੁਣ ਠੀਕ ਹੋ ਗਿਆ ਜੀ, ਹੁਣ ਪੱਕਾ ਆਈ ਕਰੂੰਗੀ ਵੀਡੀਓ। ਦੇਖੋ ਜੀ ਐਨ ਠੀਕ ਚਲਾ ਰਹੀ ਹੈ ਗੱਡੀ।